जे देखे ना तुम ओदा मुंह और देखन वाली नजावा का जूता देख देख दो दिनों के बाद में निकल आऊं की गल बात करूंगा बात तो बात कटी चढ़ूगा और की है भाभी जे पाली मेनू ना मिली ना कहना मैं पाली तो बिना मर जूंगा पाली ने उदे आना नी ओदा राम नाम सत्य नहीं हो जाना ਮਾਮੇ मेरी जोड़ा चुके गए हो सकता अपनी जमीन ते अच्छा जी मेनू तो गल का पता ही नहीं सीगा ताइयों तुसी गल फोन ते दस सके हुण तां अपने लवे इक्को ही रास्ता जी आपां तां हुण भज के विआह करवाउणा पऊगा होर अपने लवे दूजा कोई रास्ता नहीं हैगा छोटे ਪਾਣੀ ਪੂਣੀ ਪੁੱਛਿਆ ਨਾਲ ਵੀ ਕਿੰਨਾ ਕੁ ਟਾਈਮ ਲੱਗਣਾ ਵੀ ਕੀ ਗੱਲ ਬਾਤ ਕਰੋ ਲੱਗ ਰਿਹਾ ਗੁੱਟਣ ਜਾ ਕੇ ਮੈਨੂੰ ਜਾ ਕੇ ਆਉਂਦਾ
अच्छा अच्छा पानी पूनी पी लो कोई गल नहीं चाहे लोड़ पी ना मैं फोन कर देखो ठीक है ना। हाँ तो फिर मैं आज चाह लेके चवा ना फिर चवा कल मैं दवाई चुका के हाँ मैं ले आऊंगा ठीक है। हाँ मैं फोन मार दो किसी चीज की लोड़ हुई हाँ फिर मैं अच्छे भाजपा मोटरसाइकिल चला ठीक है। हाँ नहीं फिर मैं दो बजे रोटी लेके आ जाऊंगा अज निपुर जो कल मेरे तो कोई बड़ी गल नहीं है आप ठीक है जी। हाँ ठीक है फिर चंगा भाई मैं जाना फिर कल ठीक है। बाहर अंदर जाने का मर गए ना ही जाने का ये फोन लाने लगता नहीं खड़े तो खड़े बंदा जी कहने का थोड़े लाभ ठीक है मास्क तो कोई कुछ कहने का कोई कुछ कुस्ता बैठना मेरे भी करेगी कोई क्यों ना फोन सोच लगी थी कि दो दिन हो गए छोटे था तू नहीं लाया फोन सुना दो दिन हमारी मैंने ले फोन नहीं जाके ना मेरा जाके भरनी सौ चक पा ਬਾਕੀ ਮੈਂ ਦੋ ਤਿੰਨ ਦਿਨ ਕੁਛ ਖਾਧਾ ਪੀਤਾ ਨੀ ਭੁੱਖਾ ਮਾ ਨਹੀਂ ਗਿਆ ਇੱਕ ਦੋ ਤੋਂ ਪਤਾ ਕਰਿਆ ਮੁੜ ਕੇ ਮੈਂ ਪਤਾ ਨੀ ਕਰਿਆ ਮੈਂ ਕਦੇ ਖੇਤ ਵਾ ਕਦੇ ਕਿਤੇ सोच लगी पई सी दो दिन हो गए घटो घटी दस दिता जाता सानू भी तू किथे जा रहे भाभी हाथ का तो चक्कर ही है मैं की गलत करता भाभी हाथ चक्कर आया टाइम ना तुसी नंगा चुकी मतलब मैं तू उठी पे रही ना बाहर आके तो देख ले की कुछ हो रहा है यार कुसान जा बाहर के की गल होगी लिखंदरा ओदे तू खट गए बारो मैं तो तेरी बड़ी लिखवा ने सारी गलबात कर रखी थी घरे तेरे तो भी पैर हल्या कमाते नहीं अहे ऐसी चढ़ेल जी तेरे मगर लग के आ गई बाली बड़ी गल नहीं करी थी दोनों ने तुसी ने मैं बाहर अंदर जाने को छड़िया माड़ा मोटा सैमसंग मारा करो जवाब ही रह गया तू
ਮੈਂ ਤੇ ਕਿੰਨਾ ਟਕਾਈ ਨਾਲ ਇਹਨਾਂ ਨੂੰ ਸਮਝਾਉਣ ਲੱਗ ਰਿਹਾ ਤੇਰੇ ਤੋਂ ਇਹ ਬਾਹਰ ਫੜਕੇ ਬਾਹਰ ਕੱਢੇ ਨਹੀਂ ਜਾਂਦੇ ਹੈਗੇ ਕਿ ਜਲੂਸ ਕੱਢਿਆ ਇਹਨਾਂ ਨੇ ਔਰ ਤੂੰ ਛੋਟੇ ਤੈਨੂੰ ਕੀ ਕਿਹਾ ਸੀਗਾ ਤੇਰੇ ਤੋਂ ਸਬਰ ਹੋਇਆ ਨੀਗਾ ਤੂੰ ਕੁੜੀਏ ਤੈ ਕੀ ਚੰਦ ਚੜ੍ਹੇ ਤੈ ਰੱਖੀ ਪਿਓ ਦੀ ਲੱਜ ਹੈ ਤੈਨੂੰ ਸ਼ਰਮ ਨਹੀਂ ਆਈ ਇਹ ਸਭ ਕੁਝ ਕਰਦੇ ਹੋਏ ਇਹ ਤਾਂ ਹੈ ਜਿਹਾ ਜਿਹਾ ਹੈਗਾ ਤੂੰ ਤਾਂ ਮੇਰੀ ਭੈਣ ਸੀਗੀ ਤੈਨੂੰ ਤਾਂ ਬਾਪ ਖਣੀ ਦੇਖ ਲੈਂਦੀ ਬੱਲੇ ਭਰਜਾਈ ਤੇਰੇ ਹਜੇ ਵੀ ਤੂੰ ਬੋਲਣ ਨੂੰ ਮਰਦੀ ਹੈ ਸੋਚ ਕੁਛ ਕਦੇ ਤੁਹਾਡੇ ਅੱਗੇ ਬੋਲਿਆ ਨਹੀਂ ਸੀ ਜਿਹੜਾ ਤੁਸੀਂ ਕਰ ਲੱਗ ਰਹੀ ਸੀ ਨਾ ਸਾਰਾ ਗੁੱਸਾ ਠੀਕ ਹੈ ਨਾ ਰੱਬ ਵਰਗਾ ਸਮਝਿਆ ਸੀ ਤੁਹਾਨੂੰ ਮੈਂ ਠੀਕ ਹੈ ਮਾਂ ਤਾਂ ਨਹੀਂ ਸੀ ਤੇ ਵੱਡੇ ਭਰਾ ਨੂੰ ਤੇ ਭਾਬੀ ਤੈਨੂੰ ਯਾਦ ਕਰ ਤੁਸੀਂ ਕੀ ਸੁਣ ਕੇ ਮੈਂ ਗਿਆ ਸੀ ਤਾਂ ਹੀ ਦੋ ਤਿੰਨ ਦਿਨਾਂ ਦਾ ਘਰੋਂ ਫਰਾਰ ਸੀ ਤੇ ਨਾਲੇ ਮੈਂ ਸਾਰਾ ਕੁਛ ਕਰਿਆ ਨਹੀਂ ਇਹ ਤੁਸੀਂ ਕਰਾਇਆ ਮੇਰੇ ਕੋਲੋਂ ਕਰਾਇਆ ਹਜੇ ਵੀ ਤੂੰ ਬੋਲਣ ਨੂੰ ਮਰਦੀ ਹੈ ਕਰ ਯਾਦ ਇਹ ਸਿਲਾ ਦਿੱਤਾ ਮੈਨੂੰ ਤੁਹਾਡੀਆਂ ਬਹੁਤ ਸੁਣ ਲਈਆਂ ਮੈਂ ਭਾਬੀ ਬੱਚਾ ਤੁਹਾਡੇ ਵੀ ਹੈ ਨਹੀਂ ਕੱਲ ਨੂੰ ਵੱਡਾ ਵੀ ਹੋਣਾ ਜੇ ਕੱਲ ਨੂੰ ਉਹਦੀ ਜ਼ਿੰਦਗੀ ਚ ਇਹਦਾ ਮੋੜ ਆ ਗਿਆ ਮੈਂ ਜੋ ਸਭ ਕੁਛ ਮੇਰੇ ਨਾਲ ਕਰਾਂ ਕੱਲ ਨੂੰ ਉਹਦੇ ਨਾਲ ਵੀ ਤੁਸੀਂ ਇਹ ਕਰੋਗੇ ਅਕਲ ਨੂੰ ਹੱਥ ਮਾਰੋ ਥੋੜਾ ਜਿਹਾ ਦੱਸ ਭਾਬੀ ਬੋਲ ਕੁਛ ਕਿਉਂ ਨਹੀਂ ਬੋਲਦੀ ਬਾਈ ਤੂੰ ਵੀ ਬੋਲ ਕੁਛ ਕਿਉਂ ਨਹੀਂ ਬੋਲਦਾ ਦੱਸੋ ਕਿ ਉਹਦੇ ਨਾਲ ਵੀ ਇਹੀ ਕਰੋਗੇ ਮਾਫ ਕਰ ਦੇ ਛੋਟੇ ਮੈਨੂੰ ਮੈਂ ਬਹੁਤ ਵੱਡੀ ਗਲਤੀ ਕਰ ਬੈਠੀ ਅਸੀਂ ਨੇ ਸਭ ਕੁਛ ਕਦੇ ਸੋਚਿਆ ਹੀ ਨਹੀਂ ਹੈਗਾ ਤੂੰ ਮੇਰੇ ਜਵਾਕ ਨਾਲ ਕਦੇ ਫਰਕ ਨਹੀਂ ਰੱਖਿਆ ਤੂੰ ਉਹਨੂੰ ਬਹੁਤ ਪਿਆਰ ਕੀਤਾ ਉਹਦੇ ਲਈ ਸਭ ਕੁਛ ਦੇਣ ਨੂੰ ਤਿਆਰ ਹੈ ਪਰ ਅਸੀਂ ਕਦੇ ਸੋਚਿਆ ਹੀ ਨਹੀਂ ਵੀ ਤੂੰ ਵੀ ਕਿਸੇ ਦਾ ਜਵਾਕ ਸੀ ਜਵਾਕ ਹੈ ਮੈਨੂੰ ਮਾਫ ਕਰ ਦੇ ਛੋਟੇ ਪਰ ਤੂੰ ਹੋਰ ਤਰੀਕੇ ਨਾਲ ਸਮਝਾ ਲੈਂਦਾ ਅਸੀਂ ਸਮਝ ਜਾਂਦੇ ਅਸੀਂ ਤੁਹਾਡਾ ਵਿਆਹ ਕਰਦੇ ਅਸੀਂ ਸਾਨੂੰ ਆਸ਼ੀਰਵਾਦ ਦਿੰਦੇ ਸਭ ਕੁਛ ਸੋਚਦੇ ਸਭ ਕੁਛ ਕਰਦੇ ਪਰ ਤੁਸੀਂ ਨੇ ਇਹ ਸਭ ਕੁਛ ਬਹੁਤ ਵੱਡੀ ਗਲਤੀ ਕੀਤੀ ਤਰੀਕਾ ਹੋਰ ਵੀ ਸੀ ਸਮਝਾਉਣ ਦਾ ਇਹ ਤੁਸੀਂ ਨੇ ਕਿਉਂ ਕੀਤਾ ਹੁਣ ਕਿਵੇਂ ਮੂੰਹ ਦਿਖਾਵਾਂਗੇ ਬਾਪੂ ਦੀ ਇੱਜ਼ਤ ਰੋਲਦੀ ਉਹਨਾਂ ਦੀ ਇੱਜ਼ਤ ਕੀ ਤੇਰੀ ਇੱਜ਼ਤ ਨਹੀਂ ਸੀ ਤੇਰੇ ਪਿਆਰ ਦੇ ਖਿਲਾਫ ਤੇਰੇ ਆਪਣੇ ਹੋ ਗਏ ਕੋਈ ਗੈਰ ਨੀ ਤੇਰੀ ਜੜਾਂ ਚ ਬਹਿ ਗਈ ਮੈਂ ਤੇਰੀ ਖੁਸ਼ੀਆਂ ਦੇਖਣੀਆਂ ਤੀਆਂ ਇੱਕ ਸਿਰਫ ਦੋ ਗੁੱਡਾਂ ਬਦਲੇ ਸੀ ਜ਼ਮੀਨ ਦੇ ਲਾਲਚ ਕਰ ਬੈਠੇ ਤੁਸੀਂ ਦੋਏ ਸਾਨੂੰ ਮਾਫ ਕਰ ਦਿਓ ਅਸੀਂ ਮਾਫੀ ਦੇ ਲਾਇਕ ਤਾਂ ਨਹੀਂ ਪਰ ਫਿਰ ਵੀ ਸਾਨੂੰ ਮਾਫ ਕਰ ਦੇ ਭਾਬੀ ਜਿਹੜਾ ਤੁਸੀਂ ਨੇ ਕਰਿਆ ਨਾ ਮੈਂ ਉਵੇਂ ਨਹੀਂ ਕਰਿਆ ਹੈਗਾ ਨਾਲੇ ਆਪਦੀ ਇੱਜ਼ਤ ਨਾਲੋਂ ਮੈਂ ਬਾਪੂ ਦੀ ਇੱਜ਼ਤ ਉਦੋਂ ਵੀ ਵੱਡੀ ਰੱਖੀ ਹੈ ਉਹ ਕਿਵੇਂ ਛੋਟੇ ਸਾਨੂੰ ਤਾਂ ਕੋਈ ਸਮਝ ਹੀ ਨਹੀਂ ਲੱਗਿਆ ਤਾਂ ਕੁਛ ਸਮਝ ਨਹੀਂ ਲੱਗੀ ਪਰ ਆ ਸਭ ਕੁਛ ਜੋ ਅਸੀਂ ਦੇਖ ਰਹੇ ਹਾਂ ਇਹ ਕੀ ਝੂਠੇ ਸੁਣ ਭਾਬੀ ਉਦਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਸੀ ਜਦੋਂ ਤੁਹਾਡੀ ਇਹ ਸਾਰੀ ਗੱਲ ਮੈਂ ਸੁਣ ਲਈ ਸੀ ਪਰ ਮੈਂ ਉਹ ਨਹੀਂ ਕਰਿਆ ਮੈਂ ਪਾਲੀ ਨੂੰ ਅਲੱਗ ਬੁਲਾਇਆ ਹੁਣ ਤੇ ਅਸੀਂ ਇਹ ਫਾਲਤੂ ਦਾ ਜਾਲੀ ਚੂੜਾ ਪਾਇਆ ਹੋਇਆ ਨਾ ਤਾਂ ਇਹ ਫਰਾਰ ਹੈਗੀ ਘਰੋਂ ਨਾ ਅਸੀਂ ਨੇ ਕੋਈ ਮੈਰਿਜ ਕਰਾਈ ਅੱਜ ਵੀ ਅਸੀਂ ਮੈਰਿਜ ਤੁਹਾਡੇ ਆਸ਼ੀਰਵਾਦ ਨਾਲ ਹੀ ਕਰਾਉਣਾ ਚਾਹੁੰਦੇ ਹਾਂ ਅੱਜ ਵੀ ਤੁਹਾਡੀ ਮਰਜ਼ੀ ਹੈ ਜੇ ਹਜੇ ਵੀ ਬੁਰੇ ਲੱਗਦੇ ਆ ਸਾਡਾ ਦੋਨਾਂ ਦਾ ਜਿਵੇਂ ਤੁਹਾਨੂੰ ਚੰਗਾ ਲੱਗਦਾ ਉਵੇਂ ਕਰ ਦਿਓ ਇੱਕ ਗੱਲ ਹੋਰ ਪਾਲੀ ਨੇ ਤਾਂ ਭਾਬੀ ਮੈਨੂੰ ਬਹੁਤ ਕਿਹਾ ਸੀ ਵੀ ਆਪਾਂ ਭੱਜ ਕੇ ਵਿਆਹ ਕਰਾ ਲੈਂਦੇ ਹਾਂ ਪਰ ਪਾਲੀ ਨੂੰ ਮੈਂ ਸਮਝਾਇਆ ਹੁਣ ਤਾਂ ਆਪਣੇ ਲਵੋ ਇੱਕੋ ਹੀ ਰਾਸਤਾ ਜੀ ਆਪਾਂ ਨੂੰ ਤਾਂ ਹੁਣ ਭੱਜ ਕੇ ਵਿਆਹ ਕਰਾਉਣਾ ਪਊਗਾ ਹੋਰ ਆਪਣੇ ਲਵੇ ਦੂਜਾ ਕੋਈ ਰਾਸਤਾ ਨਹੀਂ ਹੈਗਾ ਪਾਲੀ ਹਾਂਜੀ ਤੂੰ ਇਹ ਕੀ ਕਹਿ ਰਹੀ ਹੈ ਆਪਾਂ ਸਭ ਕੁਛ ਇਹ ਨਹੀਂ ਕਰ ਸਕਦੇ ਤੂੰ ਆਪਦੇ ਬਾਪੂ ਦੀ ਇੱਜ਼ਤ ਕਣੀ ਦੇਖ ਉਹ ਤਾਂ ਠੀਕ ਹੈ ਜੀ ਫਿਰ ਆਪਣੇ ਲਵੇ ਹੋਰ ਰਾਸਤਾ ਵੀ ਨਾ ਹੈਗਾ ਕੋਈ ਇਹ ਰਾਸਤਾ ਮੇਰੇ ਕੋਲ ਹੈਗਾ ਜੇ ਤੂੰ ਮੇਰਾ ਸਾਥ ਦੇਂਗੀ ਜ਼ਰੂਰ ਦਊਂਗੀ ਸਾਥ ਤੁਸੀਂ ਦੱਸੋ ਜੀ ਗੱਲ ਕਰਦੇ ਨਾਲੇ ਇਹ ਸਾਡਾ ਸਾਰਾ ਡਰਾਮਾ ਹੈ ਤੁਸੀਂ ਤਾਂ ਖੇਡ ਆਪਦੀ ਕਰਤੀ ਸੀ ਸਿਰੇ ਲਾਤੀ ਸੀ ਪਰ ਅਸੀਂ ਅੱਜ ਵੀ ਤੁਹਾਡੇ ਆਸ਼ੀਰਵਾਦ ਵਗੈਰਾ ਵਿਆਹ ਨਹੀਂ ਕਰਾਉਣਾ ਚਾਹੁੰਦੇ ਇਹ ਸਾਡਾ ਸਾਰਾ ਡਰਾਮਾ ਹੈ ਅਸ ਤਾਂ ਭੈਣੇ ਤੇਰੀ ਹੁਣ ਵੀ ਓਨੀ ਇੱਜ਼ਤ ਕਰਦੇ ਆ ਪਾਲੀ ਤੂੰ ਛੋਟੀ ਹੋ ਕੇ ਇੰਨੀ ਸਮਝਦਾਰ ਤੇ ਮੈਂ ਵੱਡੀ ਹੋ ਕੇ ਕਿੰਨੀ ਗਲਤੀ ਕਰ ਬੈਠੀ
ਹਾਂਜੀ ਆਪਣੀ ਨਿਊ ਵੀਡੀਓ ਆ ਚੁੱਕੀ ਤੁਸੀਂ ਦੇਖ ਚੁੱਕੇ ਹੋ ਵੀਡੀਓ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਦੱਬ ਕੇ ਸ਼ੇਅਰ ਕਰੋ ਆਪਣੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈਗੀ ਤੇ ਬੋਲੋ ਹਾਂਜੀ ਵੀਡੀਓ ਨੂੰ ਦਿਓ ਪੂਰੀ ਸਪੋਰਟ ਕਿਉਂਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ ਵੀਡੀਓ ਬਣਾਉਣ ਤੇ ਸਾਰਾ ਸਾਰਾ ਦਿਨ ਫੁੱਟੇ ਜਾਂਦੇ ਵੀਰੋ ਕਮੈਂਟਾਂ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਆ ਜੇਕਰ ਤੁਹਾਨੂੰ ਕੋਈ ਗਲਤੀ ਲੱਗਦੀ ਹੈ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਅਸੀਂ ਆਉਣ ਵਾਲੀ ਵੀਡੀਓ ਚ ਸੁਧਾਰ ਕਰਾਂਗੇ ਜ਼ਰੂਰ ਧੰਨਵਾਦ ਜੀ ਥੈਂਕ ਯੂ